ਸਤਿ ਸ਼੍ਰੀ ਅਕਾਲ ਜੀ, ਮੈਂ ਪਹੁੰਚ ਚੁੱਕਿਆ ਗੁਲਾਬੇ ਵਾਲੇ 25 ਐਫ ਗੁਲਾਬੇ ਵਾਲੇ ਰਾਜਸਥਾਨ, ਸ਼੍ਰੀ ਗੰਗਾਨਗਰ ਸਾਡੇ ਨੇੜੇ ਦਾ ਪਿੰਡ ਆ, ਅਤੇ ਜਿੱਥੇ ਮੈਂ ਮਿਲਣ ਆਇਆ ਸਰਦਾਰ ਕੁਲਦੀਪ ਸਿੰਘ ਬਰਾੜ ਨੂੰ ਔਰ ਉਹਨਾਂ ਦੀ ਬਹੁਤ ਹੀ ਫੇਮਸ ਮਾਰਵਾੜੀ ਜਿਹੜੀ ਉਹਨਾਂ ਕੋਲ ਘੋੜੀ ਹੈ, ਅਤੇ ਉਹਨਾਂ ਨੇ ਜਿਹੜਾ ਬੜੇ ਸ਼ੌਂਕ ਨਾਲ ਉਸ ਨੂੰ ਰੱਖਿਆ, ਅਤੇ ਜਾਣਾਂਗੇ ਵੀ ਇੱਕ ਅਣਜਾਣ ਬੰਦਾ ਕਿਸ ਤਰੀਕੇ ਨਾਲ ਜਿਹੜਾ ਮੇਹਰ ਰੱਖ ਸਕਦਾ ਔਰ ਸ਼ੁਰੂਆਤ ਕਿਵੇਂ ਕਰ ਸਕਦਾ ਇਸ ਜਿਹੜਾ ਬਿਜ਼ਨਸ ਦੀ, ਇਸ ਸ਼ੌਂਕ ਦੀ। ਅਤੇ ਆਪਾਂ ਕਰਦੇ ਹਾਂ ਉਹਨਾਂ ਨਾਲ ਗੱਲ, ਅਤੇ ਬਿਲਕੁਲ ਬਿਹਾਇੰਡ ਬੈਕ ਸਾਈਡ ਦੇ ਉੱਤੇ ਸਰਦਾਰ ਕੁਲਦੀਪ ਸਿੰਘ ਬਰਾੜ ਨੇ, ਅਤੇ ਇੱਕ ਇੱਥੇ ਜਿਹੜਾ ਜਿਵੇਂ ਆਪਾਂ ਟ੍ਰੈਡੀਸ਼ਨਲ ਮਿਊਜ਼ੀਸ਼ੀਅਨ ਨਹੀਂ ਹੁੰਦਾ ਗਾ ਪਿੰਡ ਦੇ ਵਿੱਚ, ਇਹ ਵੀ ਆਇਆ ਹੋਇਆ, ਅਤੇ ਆਪਾਂ ਉਸ ਤੋਂ ਵੀ ਕੁਛ ਸੁਣਾਂਗੇ, ਅਤੇ ਆਪਾਂ ਚੱਲਦੇ ਹਾਂ ਉਹਨਾਂ ਵੱਲ ਹੀ, ਹੈ ਨਾ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਠੀਕ ਠਾਕ ਜੀ, ਵਧੀਆ। ਠੀਕ ਹੋ ਜੀ? ਹੋਰ ਵੀਰੇ ਕੀ ਹਾਲ ਹੈ? ਠੀਕ ਹੈ ਜੀ। ਕੁਛ ਸੁਣਾ ਯਾਰ, ਆਪਾਂ ਵੀਡੀਓ ਬਾਅਦ ਸ਼ੁਰੂਆਤ ਕਰਾਂਗੇ, ਪਹਿਲਾਂ ਇਸ ਤੋਂ ਕੁਛ ਸੁਣ ਲਈਏ। ਮਾਣਕ ਸੁਣਾ ਯਾਰ, ਜੇ ਆਉਂਦਾ ਮਾਣਕ ਮਾਣਕ ਕੁਲਦੀਪ। ਟ੍ਰੈਡੀਸ਼ਨਲ ਪਿੰਡਾਂ ਦਾ ਮਿਰਜਾ ਆਉਂਦਾ, ਮਿਰਜਾ ਰਾਜਸਥਾਨੀ ਸੁਣਾ ਦੇ ਕੁਛ। ਇਹ ਹੈ ਜੀ ਰਾਜਸਥਾਨੀ ਮਿਊਜ਼ਿਕ ਵਿਦ ਮਾਰਵਾੜੀ ਮੇਅਰ। ਤਿੰਨ ਪੈਰ ਚਿੱਟੇ ਆ। ਓਕੇ ਜੀ, ਥੈਂਕ ਯੂ। ਆਪਾਂ ਪਹੁੰਚ ਚੁੱਕੇ ਹਾਂ ਖੇਤ ਗੁਲਾਬੇ ਵਾਲੇ ਦੇ ਖੇਤਾਂ ਦੇ ਵਿੱਚ, ਅਤੇ ਐਕਚੁਲੀ ਕੀ ਸੀ, ਸਰਦਾਰ ਕੁਲਦੀਪ ਸਿੰਘ ਬਰਾੜ ਹੋਰਾਂ ਨੂੰ ਥੋੜ੍ਹੀ ਚਲਦੀ ਸੀ, ਇਹਨਾਂ ਨੇ ਇਹਨੂੰ ਵਾਕਿੰਗ ਕਰਵਾ ਕੇ ਲਿਆਉਣੀ ਸੀਗੀ ਘੋੜੀ ਨੂੰ, ਅਤੇ ਸ਼ੁਰੂਆਤ ਆਪਾਂ ਕਰ ਨਹੀਂ ਸਕੇ, ਅਤੇ ਆਪਾਂ ਕਰਦੇ ਖੇਤ ਦੇ ਵਿੱਚ ਸ਼ੁਰੂਆਤ, ਅਤੇ ਨਾਅਰੇ ਕਰਾਂਗੇ ਤੁਹਾਡੇ ਨਾਲ ਦੋ ਗੱਲਾਂ। ਹੈਲੋ, ਨਮਸਤੇ, ਅਦਾਬ ਔਰ ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡਾ ਹੋਸਟ ਯੁੱਧਵੀਰ ਸਿੰਘ ਪਵਾਰ, ਅਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਚੈਨਲ ਜੱਟ ਔਨ ਟਰੈਵਲ। ਸੋ ਗਾਇਜ਼, ਮੈਂ ਪਹੁੰਚਿਆ ਰਾਜਸਥਾਨ ਦੇ ਖੇਤਾਂ ਦੇ ਵਿੱਚ, ਔਰ ਮੇਰੇ ਹਿਸਾਬ ਨਾਲ ਪਹਿਲੀ ਵੀਡੀਓ ਹੈ ਜਿਹੜੀ ਆਪਾਂ ਇੱਥੇ ਫੀਲਡ ਦੇ ਵਿੱਚ ਆ ਕੇ ਕਰ ਰਹੇ ਹਾਂ, ਔਰ ਬਿਲਕੁਲ ਸਹੀ ਟਾਈਮ ਦੇ ਉੱਤੇ ਜਿਹੜਾ ਸ਼ੂਟ ਹੋ ਰਿਹਾ। ਹੋ ਸਕਦਾ ਤੁਹਾਨੂੰ ਆਵਾਜ਼ ਦੇ ਵਿੱਚ ਥੋੜ੍ਹੀ ਬਹੁਤ ਪ੍ਰੋਬਲਮ ਹੈ, ਕੋਈ ਹਵਾ ਚੱਲ ਰਹੀ ਹੈ, ਅਤੇ ਇੱਕ ਯਾਰ ਥੋੜ੍ਹੀ ਜਿਹੀ ਗੱਲ ਹੋਰ ਹਾਈਲਾਈਟ ਕਰਨਾ ਚਾਹੁੰਦਾ ਹਾਂ ਵੀ ਜਿਵੇਂ ਅਸੀਂ ਇੱਥੇ ਪਹੁੰਚੇ, ਰਾਜਸਥਾਨ ਦੇ ਵਿੱਚ ਕਾਫੀ ਪ੍ਰਕੋਪ ਚੱਲ ਰਿਹਾ ਟਿੱਡੀ ਦਾ। ਖੇਤੀ ਵਾਲੇ ਜਿਹੜੇ ਖੇਤੀਬਾੜੀ ਨਾਲ ਰਿਲੇਟਿਡ ਹੋਣਗੇ ਉਹਨਾਂ ਨੂੰ ਪਤਾ ਹੋਊਗਾ, ਅਤੇ ਹੁਣੇ ਹੁਣੇ ਇੱਥੇ ਜਿਵੇਂ ਗੁਰੂ ਘਰ ਦੇ ਵਿੱਚ ਅਨਾਊਂਸਮੈਂਟ ਕੀਤੀ ਹੈ, ਅਤੇ ਚਲੋ ਉਹ ਵੀ ਮੈਂ ਗੱਲ ਥੋੜ੍ਹੀ ਹਾਈਲਾਈਟ ਕਰਨਾ ਚਾਹੁੰਦਾ। ਅਤੇ ਜਿਹੜੇ ਮੇਰੇ ਵੀਰ ਰਾਜਸਥਾਨ ਦਾ ਨਾਮ ਸੁਣ ਕੇ ਸੋਚਦੇ ਆ ਵੀ ਪਤਾ ਨਹੀਂ ਯਾਰ ਕੈਸਾ ਹੋਊਗਾ ਇਲਾਕਾ, ਅਤੇ ਉਹਨਾਂ ਨੂੰ ਗੰਗਾਨਗਰ ਦਾ ਇਲਾਕਾ ਜਿਹੜੇ ਨਹੀਂ ਜਾਣੂ ਉਹਨਾਂ ਨੂੰ ਮੈਂ ਦਿਖਾਉਂਦਾ। ਸਭ ਤੋਂ ਪਹਿਲਾਂ ਤੁਹਾਨੂੰ ਆਸੇ ਪਾਸੇ ਦੇ ਖੇਤ ਹਰਿਆਲੀ ਦਿਖਾਉਂਦਾ, ਕਿਸ ਤਰੀਕੇ ਦੀ ਫਸਲ ਹੁੰਦੀ ਹੈ। ਉਹ ਤੋਂ ਬਾਅਦ ਆਪਾਂ ਗੱਲ ਕਰਾਂਗੇ ਸਰਦਾਰ ਕੁਲਦੀਪ ਸਿੰਘ ਹੋਰਾਂ ਨਾਲ, ਅਤੇ ਜਿਹੜਾ ਬੰਦਾ ਅਣਜਾਣ ਹੈ ਬਿਲਕੁਲ ਉਹਨੂੰ ਕਿਸ ਤਰੀਕੇ ਨਾਲ ਸ਼ੁਰੂਆਤ ਕਰਨੀ ਚਾਹੀਦੀ ਹੈ ਉਹ ਇਹ ਦੱਸਣਗੇ, ਕਿਉਂਕਿ ਇਹਨਾਂ ਨੇ ਜਿਵੇਂ ਜਿਵੇਂ ਪ੍ਰੈਕਟੀਕਲੀ ਆਪਦੀ ਲਾਈਫ ਦੇ ਵਿੱਚ ਇਹ ਸ਼ੌਂਕ ਨੂੰ ਜਿਹੜਾ ਅੱਗੇ ਬਰਕਰਾਰ ਰੱਖਿਆ ਉਹ ਆਪਾਂ ਸਾਰਾ ਇਹਨਾਂ ਨੂੰ ਪੁੱਛਾਂਗੇ। ਔਰ ਉਦੋਂ ਪਹਿਲਾਂ ਮੈਂ ਤੁਹਾਨੂੰ ਥੋੜ੍ਹੇ ਬਹੁਤ ਫੀਲਡ ਦਿਖਾਉਣਾ, ਖੇਤ ਦਿਖਾਉਣਾ। ਦੇਖੋ ਜੀ, ਇਹ ਆ ਸਾਡੇ ਗੰਗਾਨਗਰ ਦੀ ਖੇਤੀ ਜੀ।
ਇੱਥੇ ਜਿਹੜਾ ਆਹ ਕਣਕ ਹੈ ਔਰ ਦੂਰ ਤੁਸੀਂ ਦੇਖੋ ਸਰੋਂ ਆਸੇ ਪਾਸੇ 25F ਗੁਲਾਬੇ ਵਾਲਾ। ਗੁਲਾਬੇ ਵਾਲੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਮੁਕਤਸਰ ਦੇ ਕੋਲ ਜਿਹੜਾ ਗੁਲਾਬੇ ਵਾਲਾ ਹੈ ਉਸ ਉੱਥੋਂ ਦੇ ਹੀ ਲੋਕ ਇੱਥੇ ਆ ਕੇ ਵਸੇ ਨੇ। ਅਤੇ 25F ਸਾਡੇ ਜਿਵੇਂ ਇੱਥੇ 25F 16Z ਮੋਗਿਆਂ ਦੇ ਨਾਮ ਹੈ। ਮੋਗਾ ਉਹ ਜਿੱਥੋਂ ਕਿ ਕਿਸੇ ਪਿੰਡ ਨੂੰ ਪਾਣੀ ਦਿੱਤਾ ਜਾਂਦਾ ਉਸਨੂੰ ਮੋਗਾ ਕਹਿੰਦੇ, ਜਿਹੜੇ ਮੇਰੇ ਵੀਰ ਜਾਣੂ ਨਹੀਂਗੇ ਇਸ ਗੱਲ ਬਾਰੇ। ਅਤੇ ਹੁਣ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਘਰੇ ਤਾਂ ਆਪਣੇ ਚੱਜ ਨਾਲ ਸ਼ੁਰੂਆਤ ਨਹੀਂ ਕਰ ਸਕੇ, ਥੋੜ੍ਹੀ ਜਲਦੀ ਸੀਗੀ ਆਪਾਂ ਨੂੰ। ਅਤੇ ਇਹ ਕੀ ਨਾਮ ਹੈ ਜੀ ਇਹਦਾ? ਇਹਦਾ ਸੁੰਦਰੀ। ਸੁੰਦਰੀ ਕਿੰਨੇ ਟਾਈਮ ਦੀ ਹੈ ਜੀ? ਇਹ 2.5 ਸਾਲਾਂ, ਦੋ ਦੰਦ। ਦੋ ਦੰਦ ਆ, ਠੀਕ ਹੈ। ਇਹ ਕਿੰਨੇ ਟਾਈਮ ਦੀ ਲਿੱਤੀ ਸੀ ਤੁਸੀਂ? ਅਸੀਂ ਲਿੱਤੀ ਸੀ 1.5 ਸਾਲ। ਅੱਛਾ, ਆ ਜਾਓ ਸਰਦਾਰ ਜੀ, ਆ ਜਾਓ ਤੁਸੀਂ ਵੀ, ਆ ਜਾਓ ਇੱਧਰ, ਆ ਜਾਓ ਜੀ, ਆ ਜਾਓ, ਆ ਜਾ ਵੀਰ, ਆ ਜਾ, ਆ ਜਾ, ਆ ਜਾਓ। ਇਹ ਮੁੰਡਾ ਸੰਭਾਲਦਾ? ਹਾਂ ਹਾਂ। ਲਓ ਜੀ ਦੇਖੋ, ਇਹ ਇਹ ਵੀਰ ਸੰਭਾਲਦਾ ਨਾਲ, ਕਿਉਂਕਿ ਇਹ ਸ਼ੌਂਕ ਹੈ ਜਾਂ ਇਕੱਲਾ ਬੰਦਾ ਨਹੀਂ ਕਰ ਸਕਦਾ ਇਸ ਚੀਜ਼ ਨੂੰ। ਖੇਤੀਬਾੜੀ ਦੇ ਨਾਲ ਬਹੁਤ ਵਧੀਆ ਬਿਜ਼ਨਸ ਹੈ ਇਹ। ਅੱਛਾ ਜੀ, ਕਿੰਨੇ ਟਾਈਮ ਦੀ ਲਿੱਤੀ ਸੀ ਤੁਸੀਂ? 1.5 ਸਾਲ। 1.5 ਸਾਲ ਦੀ? 18 ਮਹੀਨੇ। 18 ਮਹੀਨਿਆਂ ਦੀ? ਇਹਦੀ ਸਭ ਤੋਂ ਪਹਿਲਾਂ ਆਪਾਂ ਜਿਹੜੀ ਆ ਨਾ ਬਲੱਡ ਲਾਈਨ ਜਿਹੜੀ ਕਿਹੜੀ ਸੀਗੀ ਉਹਦੇ ਬਾਰੇ ਜਾਣੂ ਕਰਾਓ ਸਾਨੂੰ। ਇਹ ਹੈਗੀ ਹੈ ਦੇਵ ਦੀ ਬੱਚੀ ਹੈ। ਠੀਕ, ਕੋਈ ਨਹੀਂ, ਕੋਈ ਦੇਵ ਘੋੜੇ ਦੀ ਬੱਚੀ ਹੈ। ਦੇਵ ਘੋੜੇ ਦੀ ਬੱਚੀ ਹੈ? ਹਾਂਜੀ, ਠੀਕ ਹੈ। ਅਸੀਂ ਪੁਸ਼ਕਰੋਂ ਲਈ ਹੈ ਇਹ। ਹਾਂਜੀ, ਇਹਦੀ ਮਾਂ ਵੀ ਬਹੁਤ ਚੰਗੀ ਬਲੱਡ ਲੈਣ ਦੀ ਹੈ। ਠੀਕ ਹੈ, ਉਹ ਆਪਣਾ ਚਿਤੌੜਗੜ੍ਹ ਆ ਜੋ। ਹਾਂਜੀ, ਉਹ ਆਪਣਾ ਬਾਬਾ ਬਾਲਕ ਦਾਸ ਹੈ। ਠੀਕ ਹੈ, ਠੀਕ ਹੈ। ਉਹਦੇ ਕੋਲ ਅਰਸ਼ ਕੂੜਾ ਸੀ। ਹਾਂਜੀ ਬਿਲਕੁਲ, ਤੂਫਾਨ ਦਾ ਜਿਹੜਾ ਤੂਫਾਨ ਲੈਣ ਚੋ ਉਹਦੀ ਮਾਂ। ਇਹ ਜਿਹੜਾ ਇਹਦਾ ਇਹਦਾ ਸਾਈਡ ਬਾਈ ਜਿਹੜਾ ਇਹਦਾ ਫਾਦਰ ਆ ਉਹ ਮੈਨੂੰ ਲੱਗਦਾ ਆਪਣੇ ਜਿਹੜੇ ਕਾਂਕਰੋਲੀ ਤੋਂ ਜਿਹੜੇ ਗਣੇਸ਼ ਗੁੱਜਰ ਜੀ, ਉਹਨਾਂ ਉਹਦਾ ਵੱਡਾ ਕੁੜਾ ਉਹੀ ਦਾ ਕੁੜਾ ਸੀ ਜਦੋਂ ਇਹਦੀ ਮਾਂ 3 ਮਹੀਨਾ ਪ੍ਰੈਗਨੈਂਟ ਸੀ ਉਹ ਛੁੱਟ ਗਿਆ ਸੀ। ਅੱਛਾ ਅੱਛਾ, ਠੀਕ ਹੈ, ਠੀਕ ਹੈ, ਓਕੇ। ਅਤੇ ਇਹ ਤੁਸੀਂ ਹੁਣ ਸੇਲ ਕਰਨੀ ਹੈ ਜਾਂ ਨਹੀਂ? ਸੇਲ ਕਰਨ ਦਾ ਕੋਈ ਮਨ ਨਹੀਂ। ਅੱਛਾ, ਹੁਣ ਇਸ ਟਾਈਮ ਕਿਸ ਤੋਂ ਇਹਨੂੰ ਮੈਟ ਕਰਵਾਇਆ ਤੁਸੀਂ? ਇਹਨੂੰ ਮੈਟ ਕਰਾਇਆ ਆਪਣਾ ਦਿਲਸ਼ਾਨ ਕੋੜਾ ਹੈ। ਅੱਛਾ, ਫੁੱਲ ਸਿੰਘ ਕੋਲੇ। ਠੀਕ ਹੈ, ਕਿਹੜੀ ਜਗ੍ਹਾ ਤੋਂ? ਉਹ ਆਪਣਾ ਹੈਗਾ ਨਗੌਰ ਜ਼ਿਲ੍ਹਾ ਉਹਨਾਂ ਦਾ, ਤਹਿਸੀਲ ਜਾਇਲ। ਓਕੇ ਓਕੇ, ਜਾਖੜ ਪਿੰਡ ਆ ਉਹਨਾਂ। ਜਾਂ ਕੀ ਮੈਟਿੰਗ ਵਗੈਰਾ ਲਿੱਤੀ ਉਹਨਾਂ ਨੇ? ਉਹਨਾਂ ਲਿਆ 1000 ਰੁਪਈਆ। 1000 ਰੁਪਈਆ ਉਸ ਤੋਂ ਕਰਵਾਈ ਹੈ? ਹਾਂਜੀ, ਠੀਕ ਹੈ, ਠੀਕ ਹੈ, ਬਸ। ਅਤੇ ਇਹਦੀ ਬੋਡੀ ਮਾਰਕਿੰਗ ਬਾਰੇ ਦੱਸੋ ਥੋੜ੍ਹਾ ਜਿਹਾ। ਬੋਡੀ ਮਾਰਕਿੰਗ ਇਹਦੀ ਇਹ ਹੈ ਵੀ ਕੰਨਾਂ ਕੁੰਨਾਂ ਦਾ ਬਹੁਤ ਸ਼ੌਕੀਨ ਹੈ। ਵਾਹ ਜੀ ਵਾਹ, 3 ਪੈਰ ਠੀਕ ਹੈ, ਵਾਈਟ ਹੈ, 1 ਮੋਟਾਪਾ ਹੈ, 6 ਬਟਾ ਇਹਦੇ, ਠੀਕ ਹੈ, ਵਾਕਈ ਜੀ 3 ਪੈਰ ਜਿਹੜੇ ਵਾਈਟ ਹੈ। ਇਹ 3 ਪੈਰ ਜਿਹੜੇ ਵਾਈਟ ਹੈ ਇਹ ਸ਼ੁਭ ਮੰਨੇ ਜਾਂਦੇ? ਹਾਂ, ਸ਼ੁਭ ਮੰਨੇ ਜਾਂਦੇ ਆ, ਜੇ ਮੱਥੇ 'ਚ ਇਹਦੇ ਪਟਾ ਤਾਂ ਸ਼ੁਭ ਮੰਨੇ ਜਾਂਦੇ। ਓਕੇ, ਭੋਰੀਆਂ ਭੋਰੀਆਂ ਦੀ? ਭੋਰੀਆਂ ਤਾਂ ਬਿਲਕੁਲ ਸਾਫ਼ ਹੈ। ਠੀਕ ਹੈ ਜੀ, ਕੋਈ ਐਬ ਵਾਲੀ ਭੋਰੀ ਨਹੀਂ ਹੈ। ਕੰਨਾਂ ਦੀ ਪੂਰੀ ਸ਼ਕੀਨ ਆ? ਹਾਂ, ਕੰਨਾਂ ਦੀ ਬਹੁਤ ਸ਼ਕੀਨ ਆ। ਜਿੱਦਾਂ ਕਿ ਮਤਲਬ ਤੁਸੀਂ ਉਹ ਤੋਂ ਦਿਲਸ਼ਾਨ ਤੋਂ ਕਰਵਾਈ ਆ, ਉਹਦੀ ਜਿਹੜੀ ਬੋਡੀ ਮਾਰਕਿੰਗ ਕਿਸ ਤਰੀਕੇ ਦੀ ਹੈ? ਉਹ ਬਹੁਤ ਅੱਛਾ ਕੁੜਾ ਹੈ। ਅੱਛਾ, ਉਹਦੇ ਪੈਰ ਕਿੰਨੇ ਜਿਹੜੇ ਆ? ਕਿੰਨੇ? ਉਹ 5 ਕਲਿਆਣ। 5 ਕਲਿਆਣ? ਹਾਂ ਹਾਂ, ਠੀਕ ਹੈ, ਉਹ 5 ਕਲਿਆਣ। ਹਾਂਜੀ, ਅਤੇ 64 ਇੰਚ ਕਰ ਲਓ। ਅੱਛਾ, ਕੀ ਪੋਸੀਬਿਲਿਟੀ ਆ ਕਿ ਕੈਸਾ ਬੱਚਾ ਜਿਹੜਾ ਪ੍ਰੋਡਿਊਸ ਕਰ ਸਕਦੀ ਹੈ? ਵੈਸੇ ਤਾਂ ਚਲੋ ਇਹ ਚੀਜ਼ ਪਰਮਾਤਮਾ ਕੁਦਰਤ ਦੇ ਹੱਥ ਹੈ, ਫਿਰ ਵੀ ਜੇ ਆਪਾਂ ਅਕਸਰ ਤਾਂ ਬੰਦੇ ਦਾ ਥੋੜ੍ਹਾ ਬਹੁਤ ਬੰਦਾ ਸੋਚਦਾ ਨਾ ਵੀ ਯਾਰ ਮੇਰੀ ਘੋੜੀ ਦੀ ਹਾਈਟ ਘੱਟ ਹੈ ਜਾਂ ਮੇਰੀ ਘੋੜੀ ਦੀ ਹਾਈਟ ਜ਼ਿਆਦਾ ਹੈ ਜਾਂ ਕੰਨਾਂ ਦਾ ਥੋੜ੍ਹੀ ਸ਼ਕੀਨ ਘੱਟ ਹੈ ਜਾਂ ਜ਼ਿਆਦਾ ਹੈ, ਇਹਦੇ ਤੋਂ ਕਰਵਾ ਲਈਏ, ਉਸ ਤਰੀਕੇ ਦੀ ਥੋੜ੍ਹੀ ਪੋਸੀਬਿਲਿਟੀ ਹੁੰਦੀ ਹੈ? ਅਸੀਂ ਮੰਨਦੇ ਹਾਂ ਵੀ ਇਹ 5 ਕਲਿਆਣਾ ਬੱਚਾ ਦਿਊਗੀ। ਅੱਛਾ, ਠੀਕ ਹੈ, ਆਪਦੇ ਹਿਸਾਬ ਨਾਲ ਅਤੇ ਘੋੜੇ ਦੇ ਹਿਸਾਬ ਨਾਲ 5 ਕਲਿਆਣਾ ਤੋਂ। ਠੀਕ ਹੈ, ਠੀਕ ਹੈ, ਚਲੋ ਆਪਾਂ ਉਹਦੀ ਵੀ ਵੀਡੀਓ ਬਣਾਵਾਂਗੇ ਜਦੋਂ ਇਹਦਾ ਰਿਜ਼ਲਟ ਆਏਗਾ। ਅਤੇ ਡਾਇਟ ਵਗੈਰਾ 'ਚ ਕੀ ਦੇਣਾ ਦਿੰਦੇ ਹੋ ਤੁਸੀਂ? ਡਾਇਟ ਇਹਨੂੰ ਨੋਰਮਲ ਜਿਵੇਂ ਛੋਲੇ ਹੈ, ਜੌਂ ਹੈ। ਠੀਕ ਹੈ, ਇਹ ਵੀਡੀਓ ਮੈਂ ਬਣਾ ਰਿਹਾ ਜਿਹੜਾ ਕੋਈ ਅਣਜਾਣ ਬੰਦਾ ਬਿਲਕੁਲ, ਔਰ ਉਹ ਅੱਗੇ ਮੇਹਰ ਲਵੇ, ਕਿਉਂਕਿ ਕਾਫੀ ਜਿਹੜੀਆਂ ਨਾ ਵਾਪਸ ਮੈਸੇਜ ਆਉਣੇ ਸ਼ੁਰੂ ਹੋ ਗਏ ਵੀ ਯਾਰ ਕੋਈ ਐਸੀ ਵੀਡੀਓ ਬਣਾਓ ਜਿਹਦੇ ਨਾਲ ਸਾਨੂੰ ਥੋੜ੍ਹਾ ਨੌਲੇਜ ਹੋਵੇ। ਜਿਵੇਂ ਕਿ ਪਰਸੋਂ ਮੈਨੂੰ ਕਰਨਾਲ ਤੋਂ ਫੋਨ ਆਇਆ ਸੀਗਾ, ਕੋਈ ਮੇਜਰ ਸੀ, ਉਹ ਕਹਿੰਦੇ ਵੀ ਮੈਂ ਬਿਲਕੁਲ ਇਕੱਲਾ, ਅਤੇ ਮੈਂ ਚਾਹੁੰਦਾ ਵੀ ਅੱਗੇ ਮੈਂ ਇੱਕ ਕੋਈ ਪੈਟਸ ਲਿਆਵਾਂ, ਕੋਈ ਘੋੜਾ ਲਿਆਵਾਂ ਜਿਹਦੇ ਨਾਲ ਮੈਨੂੰ ਨਾ ਥੋੜ੍ਹਾ ਜਿਹਾ ਮੇਰਾ ਸੁੰਨਾਪਨ ਲਾਈਫ ਦਾ ਦੂਰ ਹੋ ਜਾਵੇ। ਅਤੇ ਮੈਂ ਉਹਨਾਂ ਨੂੰ ਸੁਜੈਸਟ ਕੀਤਾ ਵੀ ਤੁਸੀਂ ਲੈ ਆਓ, ਉਹ ਕਹਿੰਦੇ ਵੀ ਕੋਈ ਐਸੀ ਵੀਡੀਓ ਬਣਾਓ ਜਿਹੜੀ ਮੈਨੂੰ ਹੈਲਪ ਕਰੇ। ਸਭ ਤੋਂ ਪਹਿਲਾਂ ਤਾਂ ਬੰਦੇ ਨੂੰ ਕਿੰਨਾ ਕੁ ਖਰਚਾ, ਕਿੰਨੀ ਕੁ ਮਹਿੰਗਾ ਜਿਹੜਾ ਲੈਣਾ ਚਾਹੀਦਾ? ਇਹ ਜਿਹੜਾ ਸਟਾਰਟਿੰਗ ਬੱਚੇ ਲੈਣੇ ਆ, ਹਾਂਜੀ, ਛੋਟਾ, ਫਿਰ ਮਤਲਬ ਛੋਟੀ ਬਛੇਰੀ ਲੈਣੀ ਚਾਹੀਦੀ ਹੈ, ਹਾਂਜੀ, ਚੰਗੀ ਲੈਣ ਦੀ ਲੈਣੀ ਚਾਹੀਦੀ ਹੈ। ਠੀਕ ਹੈ, ਉਹ 'ਚ ਉਹਨੂੰ ਕੋਈ ਪ੍ਰੋਫਿਟ ਹੈ ਜਾਂ ਕੁੜੀ ਲੈਣੀ ਹੈ, ਮਤਲਬ ਮੈਟਿੰਗ ਸੁਪਰ ਕੁੜੀ ਹੋਵੇ। ਠੀਕ ਹੈ, ਠੀਕ ਹੈ,
ਹਜੇ ਲਾਈ ਆਪ ਉਵੇਂ ਨਹੀਂ ਕਰਨ ਲੱਗੇ? ਨਹੀਂ ਸਵਾਰੀ ਨਹੀਂ ਦਿੱਤੀ। ਕਾਰਨ? ਬਸ ਕੁਛ ਤਾਂ ਟਾਈਮ ਦੀ ਵਜ੍ਹਾ। ਹਾਂਜੀ, ਕੁਛ ਖੇਤਾਂ 'ਚ ਹੁਣ ਤਾਰਾਂ ਤੂਰਾਂ ਤੁਸੀਂ ਵੇਖ ਕੇ ਆਏ, ਕਿੱਧਰ ਰੈਡਿੰਗ ਇੱਥੇ ਕਿੱਥੇ ਕਰਾਈ ਹੈ। ਠੀਕ, ਸਾਰੇ ਜਾਲ ਵਿਛੇ ਪਿਆ ਤਾਰਾਂ। ਸਹੀ ਹੈ। ਇੱਕ ਇਹ ਜਿਹੜਾ ਸ਼ੌਂਕ ਹੈ, ਇਹ ਜਿਵੇਂ ਕਈ ਬੰਦੇ ਇਹ ਗੱਲ ਕਰਦੇ ਆ ਵੀ ਜਿਹੜਾ ਇਹ ਜਿਹੜਾ ਨਵੀਂ ਪੀੜ੍ਹੀ ਨੂੰ ਨਸ਼ੇ ਤੋਂ ਵੀ ਬਚਾਉਂਦਾ, ਕਿਉਂਕਿ ਉਹਨਾਂ ਦਾ ਦਿਮਾਗ ਇੱਧਰ ਲੱਗ ਜਾਂਦਾ, ਤੁਹਾਡਾ ਇਹਦੇ ਬਾਰੇ ਕੀ ਵਿਚਾਰ ਆ? ਇਹ ਬਹੁਤ ਵਧੀਆ, ਜਿਹੜਾ ਬੱਚਾ ਇਸ ਕੰਮ 'ਚ ਲੱਗ ਜੂਗਾ, ਹਾਂਜੀ, ਇਹ ਸਦਾ ਹੀ ਇਸੇ ਨਾਲ ਜੁੜਿਆ ਰਹੂਗਾ, ਨਸ਼ੇ ਪੱਤੇ ਤੋਂ ਹੋਰ ਐਬ ਨਹੀਂ ਪੈਣਗੇ ਉਹਦੇ 'ਚ। ਠੀਕ ਹੈ, ਇਹ ਬਹੁਤ ਵਧੀਆ ਨਸ਼ਾ, ਮਤਲਬ ਇੱਕ ਪ੍ਰਕਾਰ ਦਾ ਸ਼ੌਂਕ, ਨਸ਼ਾ ਹੀ ਹੁੰਦਾ ਜਿਹੜਾ ਸਿੱਧੇ ਪਾਸੇ ਲੱਗ ਜਾਂਦਾ, ਕਮਾਈ ਦਾ ਸਾਧਨ ਵੀ ਹੈ, ਬਿਲਕੁਲ, ਇੱਕ ਨਸ਼ਾ ਵੀ ਹੈ। ਠੀਕ ਹੈ, ਇਹ ਅੱਛਾ ਨਸ਼ਾ ਹੈ। ਮੇਲੇ ਕਿਹੜਿਆਂ 'ਤੇ ਜਾਂਦੇ ਹੋ? ਮੇਲੇ ਜਿਵੇਂ ਮੁਕਤਸਰ ਆਮ, ਹਾਂਜੀ, ਫਿਰ ਸਾਡੇ ਨਜ਼ਦੀਕ ਗੰਗਨਰ ਲੱਗਦਾ ਹੈ, ਹਾਂਜੀ, ਨਗੌਰ ਹੈ, ਪੁਸ਼ਕਰ ਹੈ, ਹਾਂਜੀ, ਇੰਨੇ ਮੇਲੇ ਅਸੀਂ ਜਾਂਦੇ। ਇਹ ਜਿਹੜਾ ਇਹ ਆਪਾਂ ਇਹਨੂੰ ਬਿਜ਼ਨਸ ਕਹਿਣ ਲਈ, ਸ਼ੌਂਕ, ਸ਼ੌਂਕ ਨੂੰ ਅਗਰ ਪ੍ਰੋਫੈਸ਼ਨ ਬਣਾ ਲਈ ਜ਼ਿਆਦਾ ਬੈਟਰ ਰਹਿੰਦਾ, ਇਹਦੇ ਕੋਈ ਫਾਇਦਾ ਫੂਦਾ ਹੈਗਾ ਕਿ ਬਸ ਐਵੇਂ ਦੁਨੀਆ ਜਿਹੜਾ ਗੱਪ ਮਾਰਦੀ? ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ? ਨਹੀਂ, ਫਾਇਦਾ ਤਾਂ ਹੈ ਹੀ ਆ, ਜੇ ਫਾਇਦਾ ਹੈ ਤਾਂ ਲੋਕ ਇਹਨਾਂ ਨੂੰ ਸੰਭਾਲੀ ਜਾਂਦੇ ਆ, ਬਿਲਕੁਲ, ਜੇ ਫਾਇਦਾ ਨਾ ਹੋਵੇ ਤਾਂ ਫਿਰ ਉਹਨੂੰ ਸੰਭਾਲਣ ਦੀ ਲੋੜ ਕੌਣ ਹੈ, ਇੱਕ ਸੰਭਾਲੂ ਦੋ ਸੰਭਾਲੂ ਅਕਸੀਰ ਤਾਂ ਛੱਡੀ ਜਾਣਗੇ। ਹਾਂਜੀ, ਅਤੇ ਫਾਇਦਾ ਹੈ ਜੇ ਚੰਗੀ ਲੈਣ ਦਾ ਬੱਚਾ ਦਿੰਦੀ ਹੈ, ਹਾਂਜੀ, ਸ਼ਕੀਨ ਬੱਚਾ, ਆਹ ਗੱਲ ਮੇਨ ਆ, ਚੰਗੇ ਚੰਗੀ ਲਾਈਨ ਆ, ਚੰਗੇ ਹੀ ਜਿਹੜਾ ਉਹਦੇ ਤੋਂ ਆਪਾਂ ਕਰਵਾਉਂਦੇ ਹਾਂ ਨਾ, ਚੰਗਾ ਕੂੜਾ ਉਹਦੇ ਉੱਤੇ ਕ੍ਰੋਸ ਕਰਾਉਂਦੇ ਹਾਂ, ਹਾਂਜੀ, ਉਹਦਾ ਚੰਗਾ ਰਿਜ਼ਲਟ ਆਉਂਦਾ, ਬਿਲਕੁਲ, ਉਹਦਾ ਇੱਕ ਆਮਦਨ ਦਾ ਸਾਧਨ। ਇਹ ਮੇਰਾ ਕੁਐਸਚਨ ਪੁੱਛਣ ਦਾ ਕਾਰਨ ਹੀ ਇਹ ਸੀਗਾ, ਕਿਉਂਕਿ ਕਾਫੀ ਬੰਦੇ ਜਿਹੜੇ, ਕਿਉਂਕਿ ਜਿਹੜੇ ਇਹ ਜਿਹੜਾ ਸ਼ੌਂਕ ਨਾ, ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਗਾ, ਤੇ ਸ਼ੌਂਕ ਜਿਹੜਾ ਨਾ ਬੰਦੇ ਦੇ ਅੰਦਰੋਂ ਹੁੰਦਾ, ਕੋਈ ਆਪਾਂ ਕਿਸੇ ਨੂੰ ਥੋਪ ਨਹੀਂ ਸਕਦੇ ਗੇ, ਜਿਹਨਾਂ ਨੂੰ ਇਹ ਸ਼ੌਂਕ ਨਹੀਂ ਨਾ ਘੋੜੇ ਦਾ, ਉਹ ਘੋੜੇ ਵਾਲਿਆਂ ਨੂੰ ਸਮਝਦੇ ਵੀ ਐਵੇਂ ਯਾਰ ਤੁਰੇ ਫਿਰਦੇ, ਐਵੇਂ ਲੱਗਦੇ ਵਿਹਲੇ ਕੰਮ ਲੱਗੇ ਵਿਹਲੇ, ਹੈਨਾ ਵਿਹਲੇ ਕੰਮ ਲੱਗੇ। ਉਹਨਾਂ ਵਾਸਤੇ ਕੁਐਸਚਨ ਪੁੱਛਿਆ ਵੀ ਉਹਨਾਂ ਨੂੰ ਇਹ ਪਤਾ ਲੱਗੇ ਵੀ ਐਵੇਂ ਨਹੀਂ ਤੁਰੇ ਫਿਰਦੇ ਗੇ, ਇਹ ਇੱਕ ਬਹੁਤ ਮਹਿੰਗਾ, ਇਹਨੂੰ ਪਹਿਲੀ ਗੱਲ ਤਾਂ ਮਾੜਾ ਬੰਦਾ ਰੱਖ ਨਹੀਂ ਸਕਦਾ, ਜਿਹੜਾ ਬੰਦਾ ਘੋੜਾ ਰੱਖਦਾ ਉਹ ਮਾੜਾ ਨਹੀਂ, ਸਮਝਿਆ ਮੇਰੀ ਗੱਲ ਤੁਸੀਂ? ਸਭ ਤੋਂ ਵੱਡਾ ਸ਼ੌਂਕ ਹੈ, ਹਾਂਜੀ, ਦਿਲ ਬਹੁਤ ਘੋੜੇ ਘੋੜਾ ਰੱਖਣ ਵਾਲੇ ਦਾ ਜਿਹੜਾ ਨਾ, ਮੈਂ ਮੇਰੀ ਸੋਚ ਇਹ ਵੀ ਉਹਦਾ ਬਹੁਤ ਵੱਡਾ ਦਿਲ ਹੁੰਦਾ, ਕਿਉਂਕਿ ਇਹਨੇ ਤਾਂ ਚਾਂਦੀ ਖਾਣੀ ਆ ਤੇ ਚਾਂਦੀ ਖਾਣੀ ਆ ਤੇ ਲਿੱਦ ਜਿਹੜੀ ਆ, ਸਹੀ ਗੱਲ ਹੈ ਕਿ ਨਹੀਂ? ਉਹ ਤਾਂ ਲਿੱਦ ਤਾਂ ਫਿਰ ਕਰਨੀ ਹੈ ਨਾ, ਹਾਂ, ਮਾੜਾ ਬੰਦਾ ਨਹੀਂ ਰੱਖ ਸਕਦਾ, ਇਹ ਸ਼ੌਂਕ ਹੈ, ਬਹੁਤ ਵੱਡਾ ਸ਼ੌਂਕ ਹੈ। ਅਤੇ ਠੀਕ ਹੈ ਜੀ, ਹੋਰ ਕੋਈ ਜਿਹੜੀਆਂ ਗੱਲਾਂ ਸਾਨੂੰ ਕੁਛ ਦੱਸੋ, ਜਿਹੜਾ ਕਿ ਤੁਸੀਂ ਕਿੰਨੇ ਕੁ ਪੁਰਾਣੇ ਹੋ ਇਸ ਫੀਲਡ 'ਚ? ਅਸੀਂ ਕੁਛ ਸਾਡੇ ਦਾਦੇ ਪੜਦਾਦੇ ਰੱਖਦੇ ਹੁੰਦੇ ਸੀ, ਫਿਰ ਕੁਛ ਚੱਕਰ ਅਸੀਂ ਛੱਡ ਗਏ ਸੀਗੇ, ਹਾਂਜੀ, ਹੁਣ ਦੁਬਾਰਾ ਸਾਨੂੰ ਇਹ ਇਸ ਪਾਸੇ ਆਏ ਹਾਂ ਅਸੀਂ। ਠੀਕ ਹੈ, ਪਛਤੈਨੀ ਹੈ ਕੰਮ ਜਿਹੜਾ, ਬਲੱਡ 'ਚ ਹੀ ਆ ਇਹ? ਹਾਂ, ਪੁਰਾਣਾ ਪੁਸਤਾਂ ਤੋਂ। ਠੀਕ ਹੈ, ਠੀਕ ਹੈ ਭਾਈ, ਮੈਂ ਗੱਲ ਜਾਣਨਾ ਚਾਹੁੰਦਾ ਵੀ ਜਿਵੇਂ ਇਹ ਗੁਲਾਬੇ ਵਾਲਾ ਤੁਹਾਡਾ ਪਿੰਡ, ਇਸੇ ਨਾਲ ਦਾ ਗੁਲਾਬੇ ਵਾਲਾ ਉੱਥੇ ਮੁਕਤਸਰ ਦੇ ਕੋਲ ਹੈ, ਉਹੀ ਪਿੰਡ ਹੈ ਜਾਂ ਕਿੱਦਾਂ? ਮੈਂ ਕਿਉਂਕਿ ਸ਼ੁਰੂਆਤ 'ਚ ਵੀਡੀਓ 'ਚ ਦੱਸਿਆ, ਥੋੜ੍ਹਾ ਜਿਹਾ ਉਹਦੇ ਬਾਰੇ ਵੀ ਜਾਣੂ ਕਰਾ ਦਿਓ, ਕਿਉਂਕਿ ਜੇ ਕੋਈ ਤੁਹਾਡੇ ਪਿੰਡ ਦੇ ਪੁਰਾਣੀ ਜੇ ਪੁਰਾਣੇ ਬੰਦੇ ਦੇਖਦੇ ਆ ਉਸ ਗੁਲਾਬੇ ਵਾਲੇ ਤੋਂ, ਤਾਂ ਤੁਹਾਡਾ ਚਲੋ ਇੰਨੇ ਨਾਲ ਰਾਬਤਾ ਕਾਇਮ ਹੋਜੂ, ਜਾਂ ਕੋਈ ਨਵੀਂ ਪੀੜ੍ਹੀ ਹੈ ਦੇਖਦੀ ਜਿਹਨੂੰ ਨਹੀਂ ਪਤਾ ਗਾ, ਕੋਈ ਅਬਰੋਡ ਬੈਠਾ ਆਸਟ੍ਰੇਲੀਆ, ਉਹਨੂੰ ਵੀ ਥੋੜ੍ਹਾ ਜਿਹਾ ਨੌਲੇਜ ਹੋਜੂ ਵੀ ਇਸ ਬਾਰੇ। ਇਹ ਜੀ ਸਾਡੇ ਪੁਰਾਣੇ ਬਜ਼ੁਰਗ ਉੱਥੋਂ ਪੁਰਾਣੀਆਂ ਵੱਲ ਦੇ ਇੱਥੇ ਆਏ ਹੋਏ ਆ, ਸਨ 1885 ਦਾ ਇਹ ਪਿੰਡ ਬੱਜਿਆ ਹੋਇਆ ਸਾਡਾ, ਇਹ ਗੁਲਾਬੇ ਵਾਲਾ, ਇਹ ਗੁਲਾਬੇ ਵਾਲਾ, ਠੀਕ ਹੈ, ਉਹਦੇ ਕਾਰਨ ਤੇ ਗੁਲਾਬੇ ਵਾਲੇ ਦੇ ਵਿੱਚ, ਠੀਕ ਹੈ, ਉਹਦੇ ਕਾਰਨ ਤੇ ਉਹਦੇ ਕਾਰਨ ਜੋ ਗੁਲਾਬੇ ਵਾਲਾ, ਹਾਂਜੀ, ਗੁਲਾਬੇ ਵਾਲਾ ਜੋ ਗੁਲਾਬੇ ਵਾਲਾ, ਠੀਕ ਹੈ, ਹਾਂਜੀ ਹਾਂਜੀ, ਇਹ ਪੁਰਾਣੇ ਪਿੰਡ ਦੇ ਨਾਮ ਦਿੱਤੇ, ਉਵੇਂ 25F ਦਾ ਮੋਗਾ ਹੋ ਗਿਆ, ਮੋਗਾ 25F ਦਾ ਮਤਲਬ ਇਹ ਪਾਣੀ ਪੰਨ, ਸਾਨੂੰ ਇਹ 25F ਮੋਗੇ ਦਾ ਲੱਗਦਾ, ਹਾਂਜੀ, ਤਾਂ ਕਰਕੇ ਇਸ ਦਾ 25F। ਪਿੱਛੇ ਜੇ ਇੱਕ ਪਿਕਚਰ ਆਈ ਸੀਗੀ ਨਿੱਕਾ ਜੈਲਦਾਰ ਫਸਟ ਤੇ ਸੈਕਿੰਡ, ਸੈਕਿੰਡ ਦੇ ਵਿੱਚ ਉਹ ਮੁੰਡਾ ਵੀ, ਮੈਂ ਉਹਨੂੰ ਵੀਰ ਉਹ ਵੀ ਆਪਣੇ ਮਿਲਿਆ, ਮੈਂ ਉਹ ਵੀ ਤੁਹਾਡੇ ਪਰਿਵਾਰ 'ਚ ਹੀ ਹੈ ਨਾ, ਤੇ ਉਹ ਗੁਲਾਬੇ ਵਾਲੇ, ਉਹ ਗੁਲਾਬੇ ਵਾਲਾ ਤਾਂ ਉਹਦੇ ਕਾਰਨ ਉਹਨੇ ਪੁਰਾਣਾ ਆਪਦਾ, ਉਹੀ ਪਿੰਡ ਹੈ ਇਹ, ਮੁਕਤਸਰ ਦੇ ਕੋਲ, ਹਾਂ, ਠੀਕ ਹੈ ਜੀ, ਠੀਕ ਹੈ, ਬੜੀ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ ਜੀ। ਚਲੋ ਆਪਣਾ ਮੇਨ ਮੋਟਿਵ ਤਾਂ ਹੈ ਜੀ ਇਸ ਸ਼ੌਂਕ ਨੂੰ ਪ੍ਰਮੋਟ ਕੀਤਾ ਜਾਵੇ, ਠੀਕ ਹੈ, ਅਤੇ ਵਿਰਾਸਤ ਹੀ ਗਿਣ ਲਓ, ਕਿਉਂਕਿ ਆਪਾਂ ਅਕਸਰ ਗੁਰੂਆਂ ਮਹਾਰਾਜ ਦੀ ਇਹ ਸਵਾਰੀ ਰਹੀ ਹੈ, ਅਤੇ ਕਹਿੰਦੇ ਜਿਹਦੇ ਘਰੇ ਘੋੜਾ ਹੋਵੇ ਉਹਦੇ ਜਿਹੜਾ ਬਰਕਤ ਆਟੋਮੈਟਿਕਲੀ ਹੋ ਜਾਂਦੀ ਹੈ, ਉਹਦਾ ਤਾਂ ਆਪਦਾ ਕਰਮ ਹੀ ਖਾਂਦਾ ਘੋੜੇ ਨੂੰ, ਜਿਹੜਾ ਕੋਈ ਜ਼ਿਮੀਂਦਾਰ ਚਾਹੇ ਕੋਈ ਵੀ ਰੱਖਣ ਵਾਲਾ ਉਹ ਨਹੀਂ ਖਵਾ ਸਕਦਾ। ਅਰੇ ਮੈਂ ਇਹ ਵੀ ਗੱਲ ਪੁੱਛਣਾ ਚਾਹੁੰਦਾ ਸੀ ਵੀ ਇਹ ਤੁਹਾਨੂੰ ਕਿੰਨਾ ਕੋਸਟਲੀ ਲੱਗਦਾ ਜਿਹੜਾ? ਅਕਸਰ ਤਾਂ ਬੰਦਾ ਤਾਲਮੇਲ ਲਾਉਂਦਾ ਹੀ, ਔਰ ਘਰੋਂ ਕਿੰਨਾ ਸਹਿਯੋਗ ਹੈ ਤੁਹਾਨੂੰ ਇਸ ਬਾਰੇ? ਘਰੋਂ ਬਹੁਤ ਸਹਿਯੋਗ ਹੈ, ਘਰੋਂ ਸਹਿਯੋਗ ਦੇ ਨਾਲ ਹੀ ਕੰਮ ਚੱਲਦਾ। ਅੱਛਾ, ਇਹਨੂੰ ਜਾਨਵਰ ਨੂੰ ਪਾਲਣਾ, ਹਾਂਜੀ, ਨਾਲ ਜੇ ਕੁਝ ਬੇਲੀ ਮਿੱਤਰ ਆਉਂਦੇ ਆ ਫਿਰ ਉਹਨਾਂ ਨੂੰ ਵੀ ਠੀਕ ਹੈ ਚਾਹ ਪਾਣੀ ਪਿਆਉਣਾ, ਜਦ ਤੱਕ ਸਰਦਾਰਨੀਆਂ ਦਾ ਜਿਹੜਾ ਨਾਲ ਹੱਲਾਸ਼ੇਰੀ ਨਹੀਂ ਕਰ ਸਕਦੇ ਆਪਾਂ, ਉਹਨਾਂ ਦਾ ਪੂਰਾ ਹੀ ਆ, ਜੇ ਉਹਨਾਂ ਦਾ ਨਾ ਹੋਵੇ ਤਾਂ ਫਿਰ ਘੋੜੀਆਂ ਵਾਲੇ ਜਿਹੜੇ ਬੇਲੀ ਆਉਂਦੇ ਉਹ ਵੀ ਫਿਰ ਤਾਂ ਆਊਟਿੰਗ ਹੋ ਜਾਂਦੀ ਹੈ ਪੰਜਾਬੀ ਚ, ਥੋੜਾ ਜਿਹਾ ਪਾਸਾ ਥੱਲੇ ਪਾਸਾ ਥੱਲੇ, ਬਾਕੀ ਯਾਰ ਬੇਲੀਆਂ ਨੂੰ ਮਿਲ ਲੈਂਦਾ ਬੰਦਾ, ਹਾਂਜੀ, ਠੀਕ ਹੈ। ਤੇ ਲੋ ਵੀਰੋ, ਇੱਕ ਆਪਾਂ ਵੀਡੀਓ ਕਰਦੇ ਕਰਦੇ ਤੁਹਾਨੂੰ ਉੱਤੋਂ ਦਿਖਾਈਏ ਜੇ ਦੇਖ ਜਾਵੇ ਤੇ, ਯਾਰ ਟਿੱਡੀ ਦਲ ਜਾ ਰਿਹਾ ਉੱਤੇ, ਬਹੁਤ ਕਿਸਾਨ
ਜ਼ਿਮੀਂਦਾਰ ਵਿਚਾਰਾ ਕੀ ਕਰੇ। ਇਹ ਫਿਰ ਇਹਦਾ ਇੱਥੇ ਹੁਣ ਸ਼ੁਰੂ ਹੋਇਆ ਜੇ ਇਹ ਜੀ ਇਹ ਇੱਧਰ ਪਾਕਿਸਤਾਨ ਨਹੀਂ ਆਉਂਦਾ ਬਰਾਨੀ ਸਾਈਡ 'ਚੋਂ ਇਹ ਨੁਕਸਾਨ ਬਹੁਤ ਕਰਦਾ ਜਦੋਂ ਜਿੱਥੇ ਬਹਿ ਜਾਂਦਾ ਇਹ ਫਸਲ ਛੱਡਦਾ ਨਹੀਂ। ਜਿਵੇਂ ਹੁਣ ਇਹ ਤੁਹਾਡੇ ਕੋਲ ਇੱਥੋਂ ਜਾ ਰਿਹਾ ਇੱਥੇ ਬੈਠ ਸਕਦਾ ਜਾਂ ਬੈਠ ਸਕਦਾ? ਅੱਛਾ ਹਾਂ ਬਹੁਤ ਨੁਕਸਾਨ ਆ ਬਹੁਤ ਇਹ ਤਾਂ ਜਿੱਥੇ ਬਹਿ ਗਿਆ ਉੱਥੇ ਫਸਲ ਤਬਾਹ ਕਰ ਦਿੰਦਾ ਜੀ। ਠੀਕ ਹੈ ਜੀ ਠੀਕ ਹੈ ਚਲੋ ਜੀ ਤੁਹਾਡੀ ਬਹੁਤ ਮਿਹਰਬਾਨੀ ਤੁਹਾਡੇ ਨਾਲ ਜਿਹੜਾ ਗੱਲਾਂ ਕਰਕੇ ਬਹੁਤ ਚੰਗਾ ਲੱਗਿਆ ਅਤੇ ਕਰਦੇ ਹਾਂ ਆਪਾਂ ਵੀਡੀਓ ਦਾ ਐਂਡ। ਠੀਕ ਹੈ ਜੀ ਕਿੱਦਾਂ ਲੱਗੀਆਂ ਤੁਹਾਨੂੰ ਗੱਲਾਂ ਜਿਹੜਾ ਕਮੈਂਟ ਸੈਸ਼ਨ 'ਚ ਦੱਸਿਓ ਅਤੇ ਮੇਰਾ ਇੱਕ ਚੈਨਲ ਹੋਰ ਹੈ ਯੁੱਧਵੀਰ ਸਿੰਘ ਵਲੋਗਸ ਉਹਨੂੰ ਵੀ ਸਬਸਕ੍ਰਾਈਬ ਕਰ ਲਿਓ ਔਰ ਇਹਨੂੰ ਵੀ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਵੀ ਦਬਾ ਦਿਓ ਔਰ ਕੋਈ ਹੋਰ ਤੁਹਾਨੂੰ ਕੋਈ ਤੁਹਾਡੀ ਇਨਕੁਆਇਰੀ ਹੋਵੇ ਕਮੈਂਟ ਸੈਸ਼ਨ 'ਚ ਦੱਸ ਦਿਓ ਮੇਰੀ ਜੀਮੇਲ ਦੇ ਉੱਤੇ ਦੱਸ ਦਿਓ ਔਰ ਮਿਲਦੇ ਹਾਂ ਆਪਾਂ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਔਰ ਸਤਿ ਸ਼੍ਰੀ ਅਕਾਲ ਜੀ।